ਦੋਸਤੋ ਅੱਜ ਦੀ ਜਿਹੜੀ ਅਸੀਂ ਵੀਡੀਓ ਇਸ ਵੇਲੇ ਪਾਉਣੀ ਪੈ ਰਹੀ ਹੈ ਪਾਉਣ ਦਾ ਕਾਰਨ ਕੀ ਹੈ ਅਸੀਂ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਕਾਨੂੰਨਾਂ ਦੇ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਸੀ ਜਦੋਂ ਸਰਕਾਰ ਨੇ ਇਹ ਕਾਨੂੰਨ ਦੇ ਰਾਹੀਂ ਸਰਫੇਸੀ ਐਕਟ ਦੇ ਰਾਹੀਂ ਬੈਂਕਾਂ ਨੂੰ ਸਿੱਧੇ ਰਾਈਟ ਦਿੱਤੇ ਸੀਗੇ ਕਿ ਇਹਨਾਂ ਨੂੰ ਕੋਰਟ ਕੇਸ ਕਰਨ ਦੀ ਲੋੜ ਨਹੀਂ ਹੈ ਜਿਹੜਾ ਇਹਨਾਂ ਦਾ ਪੈਸਾ ਇਹਨਾਂ ਨੇ ਲੋਕਾਂ ਤੋਂ ਲੈਣਾ ਹੈ ਉਹ ਸਿੱਧੇ ਉਗਰਾ ਸਕਦੇ ਨੇ ਉਹਦੇ ਮਕਾਨ ਤੇ ਨੋਟਿਸ ਲਾ ਸਕਦੇ ਨੇ ਸਿਰਫ ਉਹਨੂੰ ਡੀਸੀ ਨੂੰ ਇੱਕ ਵਾਰੀ ਦੱਸਣ ਦੀ ਲੋੜ ਹੈ ਤੇ ਡੀਸੀ ਉਹਨੂੰ ਫੋਰਸ ਦੇ ਕੇ ਲਵਾ ਦੇਗਾ ਉਹ ਸਵਾਲ ਇੱਥੇ ਸਮਝਣ ਵਾਲਾ ਇਹ ਹੈ ਕਿ ਮੈਂ ਇਹ ਕਾਨੂੰਨ ਘਾੜਿਆਂ ਕਾਨੂੰਨਾਂ ਦੀਆਂ ਸੋਧਾਂ ਕਰਨ ਵਾਲਿਆਂ ਦੇ ਉੱਤੇ ਮੇਰਾ ਸਵਾਲ ਹੈ ਕਿ ਇੱਕ ਕੇਸ ਦੇ ਵਿੱਚ ਸਾਡੇ ਸਾਹਮਣੇ ਹੋਇਆ ਹੈ ਕਿ ਕਿਸਾਨ ਦੇ ਖਿਲਾਫ ਕੇਸ ਚੱਲਿਆ ਲਗਭਗ 3 ਲੱਖ ਦਾ ਕੇਸ ਮੰਨ ਲਓ ਚੱਲਦਾ ਚੱਲਦੇ ਕੇਸ ਚ ਕਿਸਾਨ 90-95 ਹਜ਼ਾਰ ਰੁਪਇਆ ਬੈਂਕ ਨੂੰ ਅਦਾ ਕਰ ਦਿੰਦਾ ਹੈ ਲੇਕਿਨ ਬੈਂਕ ਵਾਲਿਆਂ ਨੇ ਕੋਈ ਲੋੜ ਨਹੀਂ ਸਮਝੀ ਉਹ 90 ਹਜ਼ਾਰ ਰੁਪਇਆ ਛੋ ਕਰਨ ਦੀ ਕਿ ਸਾਡੇ ਕੋਲ ਆ ਗਿਆ ਤੇ ਸਾਡਾ ਕੋਰਟ ਉਹ ਜਿੰਨੀ ਅਮਾਊਂਟ ਦਾ ਕੇਸ ਕੀਤਾ ਸਾਰੇ ਦੀ ਡਿਗਰੀ ਕਰ ਦਿੰਦਾ ਹੈ ਤੇ ਬੈਂਕ ਜਾ ਕੇ ਕਿਸਾਨ ਦੇ ਉੱਤੇ ਇਸ ਗੱਲ ਤੇ ਜ਼ੋਰ ਦਿੰਦਾ ਕਿ ਸਾਡੇ ਕੋਲੇ ਤਾਂ ਬੈਂਕ ਦੀਆਂ ਕੋਰਟ ਦੀ ਡਿਗਰੀ ਹੈ ਅਸੀਂ ਤਾਂ ਤੁਹਾਡੇ ਇੰਨੇ ਲੈਣੇ ਆ ਸਮੇਤ ਇੰਟਰਸਟ 3 ਲੱਖ ਤੇ ਕੁਛ ਰੁਪਈਏ ਇਹਦਾ ਮਤਲਬ ਇਹ ਨਿਕਲਦਾ ਕਿ ਇੱਥੇ ਅੰਨੀ ਪੀਂਦੀ ਤੇ ਕੁੱਤੀ ਚੜਦੀ ਵਾਲੀ ਗੱਲ ਹੈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਗਰ ਸਰਫੇਸੀ ਐਕਟ ਹੈ ਪਹਿਲੀ ਤਾਂ ਗੱਲ ਐਕਟ ਹੀ ਗਲਤ ਹੈ ਜੇ ਕਿਸੇ ਕਿਸਾਨ ਨੇ ਜਾਂ ਕਿਸੇ ਦੁਕਾਨਦਾਰ ਨੇ ਕਿਸੇ ਵਿਅਕਤੀ ਨੇ ਪੈਸੇ ਲਏ ਹੈ ਤਾਂ ਉਹਨੂੰ ਘੱਟੋ ਘੱਟ ਕੋਰਟ ਦੇ ਵਿੱਚ ਆਪਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਇਸ ਐਕਟ ਦੇ ਰਾਹੀਂ ਲੋਕਾਂ ਦਾ ਕੋਰਟ ਜਾ ਕੇ ਆਪਦਾ ਹੱਕ ਮੰਗਣ ਦਾ ਆਪਦਾ ਪੱਖ ਰੱਖਣ ਦਾ ਉਹਨਾਂ ਦੇ ਵੱਲੋਂ ਰਾਈਟ ਹੀ ਖੋਲਿਆ ਗਿਆ ਤੇ ਜੇ ਇਹ ਹੁੰਦਾ ਹੈ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਮੇਰੇ ਦੇਸ਼ ਦੇ ਲੋਕੋ ਕਿ ਇਹ ਸਾਡੀ ਸਰਕਾਰਾਂ ਜਾ ਕੇ ਤਾਂ ਮੁੜੀਆਂ ਨੇ ਸਪਸ਼ਟ ਹੈ ਕਿ ਕਾਰਪੋਰੇਟ ਪੱਖ ਵੱਲ ਨੂੰ ਸਰਕਾਰਾਂ ਝੁਕੀਆਂ ਹੋਈਆਂ ਨੇ ਤੁਹਾਡੇ ਘਰ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਪ੍ਰਾਪਰਟੀਆਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਇਸ ਐਕਟ ਦੇ ਤਹਿਤ ਉਹਨਾਂ ਨੂੰ ਹੈਂਡ ਓਵਰ ਕਰਨ ਜਾ ਰਹੀਆਂ ਨੇ ਇਹੋ ਜਿਹਾ ਕੇਸ ਇੱਕ ਅੱਜ ਅੰਮ੍ਰਿਤਸਰ ਤੋਂ ਆ ਰਿਹਾ ਇੱਕ ਵਿਅਕਤੀ ਹੈ ਵਿਚਾਰਾ ਗਰੀਬ ਦੁਕਾਨਦਾਰ ਹੈ 10x10 ਦੀ ਦੁਕਾਨ ਹੈ ਕਰਿਆਨੇ ਦੀ ਇੱਕ ਮੁਹੱਲੇ ਚ ਅੰਦਾਜ਼ਾ ਲਾਓ ਮੁਹੱਲੇ ਦੀ ਦੁਕਾਨ ਦਾ ਕਿੰਨੇ ਕੁ ਇਨਕਮ ਆਉਂਦੀ ਹੋਏਗੀ ਔਰ ਉਸ ਆਦਮੀ ਨੇ 70 ਲੱਖ ਰੁਪਇਆ ਮਜਬੂਰਨ ਕਰਜ਼ਾ ਚੱਕਿਆ ਕਰਜ਼ਾ ਮੋੜਨਾ ਚਾਹੀਦਾ ਇਹਦੇ ਚ ਕੋਈ ਦੋ ਰਾਵਾਂ ਨਹੀਂ ਲੇਕਿਨ ਅਗਰ ਇਹੋ ਜਿਹੇ ਐਕਟਾਂ ਦੇ ਤਹਿਤ ਅਗਲਿਆਂ ਦਾ ਘਰ ਤੇ ਹੀ ਕਬਜ਼ਾ ਕਰ ਲਿਆ ਜਾਏਗਾ ਫਿਰ ਬਰਦਾਸ਼ਤ ਕਰਨ ਤੋਂ ਗੱਲ ਬਾਹਰ ਜਾਏਗੀ ਫਿਰ ਇਹ ਗੱਲ ਸਹਿਣਯੋਗ ਨਹੀਂ ਹੈ ਉਸ ਬੰਦੇ ਦੀ ਗੱਲ ਇਹ ਆਈ ਕਿ ਸਰਫੇਸੀ ਐਕਟ ਦੇ ਤਹਿਤ ਬੈਂਕ ਦਾ ਮੈਨੇਜਰ ਡੀਸੀ ਨੂੰ ਜਾ ਕੇ ਕਹਿੰਦਾ ਤੇ ਡੀਸੀ ਉਹ ਬਿਨਾਂ ਕੋਈ ਨੋਟਿਸ ਦਿੱਤਿਆਂ ਡੀਸੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਡੀਸੀ ਵੀ ਉਸ ਬੰਦੇ ਨੂੰ ਸੁਣੇ ਭਾਈ ਦੱਸ ਤੇਰੇ ਖਿਲਾਫ ਬੈਂਕ ਨੇ ਮੇਰੇ ਕੋਲੇ ਆ ਕੇ ਅਪਰੋਚ ਕੀਤੀ ਹੈ ਤੇਰਾ ਘਰ ਸੀਲ ਕਰਨ ਦੀ ਔਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੋਈ ਉਸ ਬੰਦੇ ਨੂੰ ਵਿਚਾਰੇ ਨੂੰ ਸੁਣਿਆ ਤੱਕ ਨਹੀਂ ਗਿਆ ਉਹਨੂੰ ਆਵਾਜ਼ ਤੱਕ ਨਹੀਂ ਮਾਰੀ ਗਈ ਉਹਨੂੰ ਸੰਮਣ ਤੱਕ ਨਹੀਂ ਕੀਤੇ ਗਏ ਔਰ ਜਦੋਂ ਇਹਨਾਂ ਦੇ ਵਿਰੋਧ ਦੇ ਵਿੱਚ ਉਸ ਬੰਦੇ ਦੀ ਸਪੋਰਟ ਕਰਨ ਦੇ ਲਈ ਲੋਕ ਆਏ ਜਥੇਬੰਦੀਆਂ ਆਈਆਂ ਜਥੇਬੰਦੀ ਆਈ ਤਾਂ ਉਸ ਵੇਲੇ ਉਹ ਫਿਰ ਬੈਂਕ ਇਹਨਾਂ ਦਾ ਇੱਕ ਹਾਈ ਕੋਰਟ ਲੈਵਲ ਦਾ ਇੱਕ ਹੋਰ ਇਹਨਾਂ ਦਾ ਟ੍ਰਿਬਿਊਨਲ ਹੈ ਜਿਹਨੂੰ
DRT ਕਹਿੰਦੇ ਨੇ, ਉਹ DRT ਚਲਿਆ ਜਾਂਦਾ ਹੈ। ਭਾਈ ਜੇ DRT ਹੈ, ਜੇ ਟ੍ਰਿਬਿਊਨਲ ਹੈ, ਟ੍ਰਿਬਿਊਨਲ ਦੀ ਵੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਦੂਜੇ ਨੂੰ ਸੁਣੋ ਤਾਂ ਸਹੀ। DRT ਨੇ ਕੋਈ ਨੋਟਿਸ ਨਹੀਂ ਕੱਢਿਆ ਉਸ ਬੰਦੇ ਨੂੰ ਕਿ ਭਾਈ ਆ ਕੇ ਆਪਦੀ ਗੱਲ ਦੱਸ, ਤੇਰੇ ਕੰਨੀ ਆਹ ਮੰਗ ਪੁੱਛ ਰਹੇ ਨੇ। ਇਹਦਾ ਮਤਲਬ ਉਹ ਬੰਦੇ ਨੇ 70 ਲੱਖ ਲਿਆ, 43.5 ਲੱਖ ਰੁਪਇਆ ਉਹ ਬੰਦਾ ਪੇ ਕਰ ਚੁੱਕਿਆ। ਤੇ ਸਰਫੇਸੀ ਐਕਟ ਦੇ ਅੰਦਰ ਤਾਂ ਸਿਰਫ ਇਹ ਹੁੰਦਾ ਹੈ ਕਿ 19 ਰੁਪਈਏ ਹੀ ਗਰਾਉਣੇ ਆ ਜਿੰਨੇ ਰੁਪਈਏ ਉਹਦੇ ਫਸੇ ਆ, ਬਾਕੀ ਸਾਰੀ ਅਮਾਊਂਟ ਨਹੀਂ ਗਰਾਉਣੀ ਹੁੰਦੀ। ਔਰ ਅੱਜ ਮੈਂ ਹੈਰਾਨ ਹੈ ਜਿਹੜਾ ਬੰਦੇ ਨੇ 70 ਲੱਖ ਲਿਆ, 43.5 ਲੱਖ ਰੁਪਇਆ ਬੰਦਾ ਕਰ ਚੁੱਕਿਆ, ਅੱਜ ਬੈਂਕ ਉਹਦੇ ਕੋਲੋਂ 1 ਕਰੋੜ 33 ਲੱਖ ਰੁਪਇਆ ਹੋਰ ਮੰਗ ਰਿਹਾ ਹੈ। ਅੰਦਾਜ਼ਾ ਲਾ ਕੇ ਦੇਖੋ ਦੋਸਤੋ। ਸੋ ਇਹ ਲੜਾਈ ਹੈ ਜਿਹੜੀ, ਇਹ ਸਾਨੂੰ ਸਾਰੇ ਲੋਕਾਂ ਨੂੰ ਇਕਜੁੱਟ ਹੋ ਕੇ ਲੜਨੀ ਪਏਗੀ, ਮੈਦਾਨ ਚ ਉਤਰਨਾ ਪਏਗਾ ਉਸ ਵਿਚਾਰੇ ਗਰੀਬ ਦੁਕਾਨਦਾਰ ਦੇ ਨਾਲ। ਸਾਡੀ ਜਥੇਬੰਦੀ BKU ਏਕਤਾ ਸਿੱਧੂਪੁਰ ਅੰਮ੍ਰਿਤਸਰ ਦਾ, ਸਾਡਾ ਜ਼ਿਲ੍ਹਾ ਪ੍ਰਧਾਨ ਆਪਣੀ ਅਗਵਾਈ ਚ ਉੱਥੇ ਲੜਾਈ ਲੜ ਰਿਹਾ ਹੈ। ਪ੍ਰਸ਼ਾਸਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ, ਪਿੱਛੇ ਹਟੇ। ਅਗਰ ਕਿਸੇ ਤਰ੍ਹਾਂ ਦੀ ਵੀ ਉੱਥੇ ਬੇਇਨਸਾਫੀ ਹੁੰਦੀ ਹੈ, ਧੱਕੇਸ਼ਾਹੀ ਹੁੰਦੀ ਹੈ, ਪ੍ਰਸ਼ਾਸਨ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਤਈ ਮਾਫ਼ ਨਹੀਂ ਕੀਤਾ ਜਾਏਗਾ। ਸਾਰੇ ਪੰਜਾਬ ਨੂੰ ਭਾਵੇਂ ਸਾਨੂੰ ਇਸ ਮੁੱਦੇ ਦੇ ਉੱਤੇ ਲੜਾਉਣਾ ਪਵੇ, ਅਸੀਂ ਲੜਾਵਾਂਗੇ। ਇਹੋ ਜਿਹੇ ਐਕਟਾਂ ਦਾ ਵਿਰੋਧ ਕਰ ਰਹੇ ਹਾਂ, ਕਰਾਂਗੇ। ਇੰਨੀ ਧੱਕੇਸ਼ਾਹੀ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ। ਸੋ ਮੈਂ ਫਿਰ ਦੁਬਾਰਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਸ ਧੱਕੇਸ਼ਾਹੀ ਤੋਂ ਪਿੱਛੇ ਹਟੇ, ਵਰਨਾ ਬਦਲਦੇ ਹਾਲਾਤ, ਵਿਗੜਦੇ ਹਾਲਾਤਾਂ ਦੀ ਜ਼ਿੰਮੇਵਾਰ ਅੰਮ੍ਰਿਤਸਰ ਦਾ ਪ੍ਰਸ਼ਾਸਨ ਹੋਏਗਾ ਜੀ। ਬਹੁਤ ਬਹੁਤ ਧੰਨਵਾਦ।